ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼, ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ। ਪਟਿਆਲਾ ਦੇ ਵਿੱਚ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਪਿਆ, ਉੱਥੇ ਹੀ ਇੱਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ, ਇੱਕ ਛੋਟੀ ਮਾਸੂਮ ਬੱਚੀ 1.5 ਸਾਲਾਂ ਦੀ, ਉਸਦੀ ਚੋਕਲੇਟ ਖਾਣ ਦੇ ਨਾਲ ਸਿਹਤ ਵਿਗੜ ਗਈ ਹੈ। ਬੱਚੀ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ, ਜਿਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਂਚ ਦੇ ਵਿੱਚ ਪਤਾ ਲੱਗਿਆ ਕਿ ਬੱਚੀ ਨੂੰ ਜਿਹੜੀ ਚੋਕਲੇਟ ਦਿੱਤੀ ਗਈ ਸੀ ਉਹ ਐਕਸਪਾਇਰੀ ਡੇਟ ਦੀ ਸੀ। ਇਸ ਦਾ ਪਤਾ ਲੱਗਦੇ ਹੀ ਸਿਹਤ ਵਿਭਾਗ ਦੇ ਵਿੱਚ ਹੜਕੰਪ ਮਚ ਜਾਂਦਾ ਹੈ। ਅਧਿਕਾਰੀ ਤੁਰੰਤ ਉਸ ਦੁਕਾਨ ਉੱਤੇ ਪਹੁੰਚਦੇ ਨੇ ਜਿੱਥੋਂ ਇਹ ਚੋਕਲੇਟ ਖਰੀਦੀ ਜਾਂਦੀ ਹੈ, ਤਾਂ ਉੱਥੇ ਇਹ ਵੀ ਪਤਾ ਲੱਗਦਾ ਹੈ ਕਿ ਬੱਚੀ ਰਾਬੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਪਟਿਆਲਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਸੀ, ਤੇ ਜਦੋਂ ਬੱਚੀ ਵਾਪਸ ਲੁਧਿਆਣੇ ਜਾਣ ਲੱਗੀ ਤਾਂ ਉਹਨਾਂ ਦੇ ਵੱਲੋਂ ਇੱਕ ਗਿਫਟ ਪੈਕ ਕਰਵਾ ਕੇ ਬੱਚੀ ਦੇ ਲਈ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਕੁਰਕਰੇ, ਜੂਸ ਤੇ ਉਸ ਤੋਂ ਇਲਾਵਾ ਚੋਕਲੇਟ ਵੀ ਹੁੰਦੀ ਹੈ। ਤੇ ਜਦੋਂ ਬੱਚੀ ਲੁਧਿਆਣੇ ਪਹੁੰਚਦੀ ਹੈ ਤਾਂ ਚੋਕਲੇਟ ਖਾਂਦੀ ਹੈ, ਤਾਂ ਉਸ ਤੋਂ ਬਾਅਦ ਬੱਚੀ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗ ਜਾਂਦੀਆਂ ਨੇ, ਤੇ ਤੁਰੰਤ ਪਰਿਵਾਰ ਵਾਲੇ ਬੱਚੇ ਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੇ ਨੇ। ਹਾਲਤ ਗੰਭੀਰ ਹੋਣ ਉੱਤੇ ਤੁਰੰਤ ਡਾਕਟਰਾਂ ਦੇ ਵੱਲੋਂ ਬੱਚੀ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼, ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ। ਪਟਿਆਲਾ ਦੇ ਵਿੱਚ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਪਿਆ, ਉੱਥੇ ਹੀ ਇੱਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ, ਇੱਕ ਛੋਟੀ ਮਾਸੂਮ ਬੱਚੀ 1.5 ਸਾਲਾਂ ਦੀ, ਉਸਦੀ ਚੋਕਲੇਟ ਖਾਣ ਦੇ ਨਾਲ ਸਿਹਤ ਵਿਗੜ ਗਈ ਹੈ। ਬੱਚੀ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ, ਜਿਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਂਚ ਦੇ ਵਿੱਚ ਪਤਾ ਲੱਗਿਆ ਕਿ ਬੱਚੀ ਨੂੰ ਜਿਹੜੀ ਚੋਕਲੇਟ ਦਿੱਤੀ ਗਈ ਸੀ ਉਹ ਐਕਸਪਾਇਰੀ ਡੇਟ ਦੀ ਸੀ। ਇਸ ਦਾ ਪਤਾ ਲੱਗਦੇ ਹੀ ਸਿਹਤ ਵਿਭਾਗ ਦੇ ਵਿੱਚ ਹੜਕੰਪ ਮਚ ਜਾਂਦਾ ਹੈ। ਅਧਿਕਾਰੀ ਤੁਰੰਤ ਉਸ ਦੁਕਾਨ ਉੱਤੇ ਪਹੁੰਚਦੇ ਨੇ ਜਿੱਥੋਂ ਇਹ ਚੋਕਲੇਟ ਖਰੀਦੀ ਜਾਂਦੀ ਹੈ, ਤਾਂ ਉੱਥੇ ਇਹ ਵੀ ਪਤਾ ਲੱਗਦਾ ਹੈ ਕਿ ਬੱਚੀ ਰਾਬੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਪਟਿਆਲਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਸੀ, ਤੇ ਜਦੋਂ ਬੱਚੀ ਵਾਪਸ ਲੁਧਿਆਣੇ ਜਾਣ ਲੱਗੀ ਤਾਂ ਉਹਨਾਂ ਦੇ ਵੱਲੋਂ ਇੱਕ ਗਿਫਟ ਪੈਕ ਕਰਵਾ ਕੇ ਬੱਚੀ ਦੇ ਲਈ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਕੁਰਕਰੇ, ਜੂਸ ਤੇ ਉਸ ਤੋਂ ਇਲਾਵਾ ਚੋਕਲੇਟ ਵੀ ਹੁੰਦੀ ਹੈ। ਤੇ ਜਦੋਂ ਬੱਚੀ ਲੁਧਿਆਣੇ ਪਹੁੰਚਦੀ ਹੈ ਤਾਂ ਚੋਕਲੇਟ ਖਾਂਦੀ ਹੈ, ਤਾਂ ਉਸ ਤੋਂ ਬਾਅਦ ਬੱਚੀ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗ ਜਾਂਦੀਆਂ ਨੇ, ਤੇ ਤੁਰੰਤ ਪਰਿਵਾਰ ਵਾਲੇ ਬੱਚੇ ਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੇ ਨੇ। ਹਾਲਤ ਗੰਭੀਰ ਹੋਣ ਉੱਤੇ ਤੁਰੰਤ ਡਾਕਟਰਾਂ ਦੇ ਵੱਲੋਂ ਬੱਚੀ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼, ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ। ਪਟਿਆਲਾ ਦੇ ਵਿੱਚ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਪਿਆ, ਉੱਥੇ ਹੀ ਇੱਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ, ਇੱਕ ਛੋਟੀ ਮਾਸੂਮ ਬੱਚੀ 1.5 ਸਾਲਾਂ ਦੀ, ਉਸਦੀ ਚੋਕਲੇਟ ਖਾਣ ਦੇ ਨਾਲ ਸਿਹਤ ਵਿਗੜ ਗਈ ਹੈ। ਬੱਚੀ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ, ਜਿਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਂਚ ਦੇ ਵਿੱਚ ਪਤਾ ਲੱਗਿਆ ਕਿ ਬੱਚੀ ਨੂੰ ਜਿਹੜੀ ਚੋਕਲੇਟ ਦਿੱਤੀ ਗਈ ਸੀ ਉਹ ਐਕਸਪਾਇਰੀ ਡੇਟ ਦੀ ਸੀ। ਇਸ ਦਾ ਪਤਾ ਲੱਗਦੇ ਹੀ ਸਿਹਤ ਵਿਭਾਗ ਦੇ ਵਿੱਚ ਹੜਕੰਪ ਮਚ ਜਾਂਦਾ ਹੈ। ਅਧਿਕਾਰੀ ਤੁਰੰਤ ਉਸ ਦੁਕਾਨ ਉੱਤੇ ਪਹੁੰਚਦੇ ਨੇ ਜਿੱਥੋਂ ਇਹ ਚੋਕਲੇਟ ਖਰੀਦੀ ਜਾਂਦੀ ਹੈ, ਤਾਂ ਉੱਥੇ ਇਹ ਵੀ ਪਤਾ ਲੱਗਦਾ ਹੈ ਕਿ ਬੱਚੀ ਰਾਬੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਪਟਿਆਲਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਸੀ, ਤੇ ਜਦੋਂ ਬੱਚੀ ਵਾਪਸ ਲੁਧਿਆਣੇ ਜਾਣ ਲੱਗੀ ਤਾਂ ਉਹਨਾਂ ਦੇ ਵੱਲੋਂ ਇੱਕ ਗਿਫਟ ਪੈਕ ਕਰਵਾ ਕੇ ਬੱਚੀ ਦੇ ਲਈ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਕੁਰਕਰੇ, ਜੂਸ
ਜੂਸ ਤੇ ਉਸ ਤੋਂ ਇਲਾਵਾ ਚੋਕਲੇਟ ਵੀ ਹੁੰਦੀ ਹੈ ਤੇ ਜਦੋਂ ਬੱਚੀ ਲੁਧਿਆਣੇ ਪਹੁੰਚਦੀ ਹੈ ਤਾਂ ਚੋਕਲੇਟ ਖਾਂਦੀ ਹੈ ਤਾਂ ਉਸ ਤੋਂ ਬਾਅਦ ਬੱਚੀ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗ ਜਾਂਦੀਆਂ ਨੇ ਤੇ ਤੁਰੰਤ ਪਰਿਵਾਰ ਵਾਲੇ ਬੱਚੇ ਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੇ ਨੇ। ਹਾਲਤ ਗੰਭੀਰ ਹੋਣ ਉੱਤੇ ਤੁਰੰਤ ਡਾਕਟਰਾਂ ਦੇ ਵੱਲੋਂ ਬੱਚੀ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ, ਧੰਨਵਾਦ।